ਰਿਵਰਸ ਚਾਰਜਿੰਗ ਫੀਚਰ ਨਾਲ ਨਵੇਂ ਆਈਫੋਨਸ ਦੂਜੇ ਐਪਲ ਡਿਵਾਈਸ ਨੂੰ ਚਾਰਜ ਕਰ ਸਕੇਗਾ। ਜੇਕਰ ਐਪਲ ਇਸ ਫੀਚਰ ਨੂੰ ਨਵੇਂ ਆਈਫੋਨਸ ਨਾਲ ਜੋੜਦਾ ਹੈ ਤਾਂ ਇਹਨਾਂ ਆਈਫੋਨਸ 'ਚ ਜ਼ਿਆਦਾ ਦਮਦਾਰ ਬੈਟਰੀ ਵੀ ਦਿੱਤੀ ਜਾਵੇਗੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੰਪਨੀ 18 ਵਾਟ ਫਾਸਟ ਚਾਰਜ ਦਾ ਇਸਤੇਮਾਲ ਕਰੇਗੀ। ਮੌਜੂਦਾ ਸਮੇਂ 'ਚ ਐਪਲ 5 ਵਾਟ ਯੂਐਸਬੀ ਏ ਦਾ ਇਸਤੇਮਾਲ ਕਰਦਾ ਹੈ। ਹਾਲਾਂਕਿ ਕੰਪਨੀ ਚਾਰਜਿੰਗ ਲਈ ਯੂਐਸਬੀ ਸੀ ਕੇਬਲ ਦਾ ਇਸਤੇਮਾਲ ਨਹੀਂ ਕਰੇਗੀ। ਲੇਟੈਸਟ ਆਈਪੈਡ ਪ੍ਰੋ 'ਚ ਐਪਲ ਨੇ ਯੂਐਸਬੀ ਸੀ ਕੇਬਲ ਚਾਰਜਿੰਗ ਆਪਸ਼ਨ ਦਿੱਤਾ ਹੈ। ਨੈਕਸਟ ਜਨਰੇਸ਼ਨ ਆਈਫੋਨ ਲਾਈਟਿੰਗ ਪੋਰਟ ਦਾ ਇਸਤੇਮਾਲ ਕੰਪਨੀ ਜਾਰੀ ਰੱਖੇਗੀ। ਲਾਂਚ ਹੋਏ ਆਈਪੈਡ ਮਿੰਨੀ ਅਤੇ ਆਈਪੈਡ ਏਅਰ 'ਚ ਵੀ ਲਾਈਟਿੰਗ ਪੋਰਟ ਦਿੱਤਾ ਗਿਆ ਹੈ। ਕੰਪਨੀ ਸਤੰਬਰ ਮਹੀਨੇ 'ਚ ਸਪੈਸ਼ਲ ਇਵੈਂਟ 'ਚ ਨਵਾਂ ਆਈਪੈਡ ਪੇਸ਼ ਕਰਦੀ ਹੈ।